ਸਾਰੇ ਸਾਰੇ ਸਕੀਟ ਗਲ ਸਾਰਾ ਹੀ ਦੇਸ਼ ਵੇਚਤਾ ਸਾਰਾ ਹੀ ਦੇਸ਼ ਵੇਚਤਾ ਮੋਦੀ ਨੇ ਸਾਰਾ ਹੀ ਦੇਸ਼ ਵੇਚਤਾ ਛੱਡਿਆ ਕੁਝ ਨਹੀਂ ਤੁਹਾਨੂੰ ਦਿਖਾਉਣਾ ਜਲਦੀ ਜਲਦੀ ਸ਼ੇਅਰ ਕਰਦੇ ਹੋ ਸਾਰਿਆਂ ਦਾ ਕਪਚਾਇਓ ਮੋਦੀ ਦੀਆਂ ਭੇਡਾਂ ਦੀਆਂ ਵੀ ਅੱਖਾਂ ਦੇ ਖੋਪੇ ਲਾਇਓ ਮੈਂ ਦੇਖ ਸਕਦੇ ਆ ਜੀ ਰੋਡ ਸੈਕਟਰ ਰੇਲ ਸੈਕਟਰ ਪਾਵਰ ਟ੍ਰੇਨ ਟੈਲੀਕਮ ਮਾਈਨ 에어ਪੋਰਟ ਪੋਰਟ ਸਟੇਡੀਅਮ ਦੇਖ ਸਕਦੇ ਆ ਜੀ ਜਿਹੜੇ ਰੋਡ ਆ ਉਹਨਾਂ ਦੀ ਵੈਲਿਊ ਕਿੰਨੇ 1.6 ਲੱਖ ਕਰੋੜ ਰੁਪਈਆ ਆਇਆ 26000 ਕਿਲੋਮੀਟਰ ਦਾ ਨੈਸ਼ਨਲ ਹਾਈਵੇ ਵੇਚਤਾ 에어ਪੋਰਟਾਂ ਵੇਚਤੀਆਂ ਪੋਰਟ ਵੇਚ ਤੇ ਛੱਡਿਆ ਕੀ ਹੈ ਇਹਨੇ ਦੇਖ ਸਕਦੇ ਆ ਸਾਰਾ ਕੁਝ ਕਿਹੜਾ ਸੈਕਟਰ ਤੇ ਵੈਲਿਊ ਉਹਨਾਂ ਦੀ 1. ਲੱਖਾਂ ਕਰੋੜਾਂ ਚ ਆ 1 ਕਰੋੜ ਨਹੀਂ 1.6 ਜਿਹੜਾ ਲਿਖਿਆ 1.6 ਲੱਖ ਕਰੋੜ ਰੁਪਈਆ ਬਣਦਾ ਜ਼ੀਰਵਾਂ ਮੁੱਕ ਜਾਣੀਆਂ ਮਿੱਤਰੋ ਜਿਨੇ ਆਮ ਘਰ ਦੇ ਡਰਮ ਵਿੱਚ ਦਾਣੇ ਹੁੰਦੇ ਉਤੋਂ ਵੱਧ ਜ਼ੀਰਵਾਂ ਲੱਗਣੀਆਂ ਆ ਦੇਖ ਸਕਦੇ ਆ ਸਾਰਾ ਕੁਝ ਆ ਇਹਨੇ ਵੇਚਣਾ ਆ ਸਾਰਾ ਕੁਝ ਦੇਣਾ ਕਿਨੂੰ ਅਬਾਨੀਆਂ ਡਾਨੀਆਂ ਨੂੰ ਸਾਰੇ ਪਾਸੇ ਪਚਾਇਓ ਤੇ ਇਹਦੀਆਂ ਕਰਤੂਤਾਂ ਦਿਖਾਇਓ ਤੇ ਤੁਹਾਨੂੰ ਦਿਖਾਉਣਾ ਜੀ ਇਹਦੀਆਂ ਤਸਵੀਰਾਂ ਕੁਝ ਰੇਅਰ ਜਿਹੜੀਆਂ ਤੁਸੀਂ ਸ਼ਾਇਦ ਹੀ ਦੇਖੀਆਂ ਹੋਣ ਮੈਂ ਤਾਂ ਕਹਿੰਦਾ ਗੜਣੀ ਨਦੀ ਚੀ ਦਾ ਪੈਰ ਤੇ ਲੱਕ ਕੇ ਡਿਗਡੂ ਜਾਂਦਾ ਯਾਰ ਦੇਸ਼ ਵੇਚਣੋਂ ਦਾ ਬਚ ਜਾਂਦਾ ਤੇ ਆ ਜਾਓ ਦਿਖਾਉਣੇ ਆ ਉਹ ਵੀ ਟਾਈਮ ਸੀ ਜਦੋਂ ਇਹਨੂੰ ਵਾਈਟ ਹਾਊਸ ਦੇ ਅੰਦਰ ਨਹੀਂ ਸੀ ਪਾੜਨਦੇ ਆ ਚਲੋ ਚਿਹਰਾ ਤਾਂ ਇਹਦਾ ਕੀ ਦਿਖਾਉਣਾ ਹੈ ਨਾ ਬਾਹਰ ਖੜ ਕੇ ਤਸਵੀਰਾਂ ਖਿਚਾ ਕੇ ਦਿਲ ਖੁਸ਼ ਕਰਿਆ ਹੁੰਦਾ ਸੀ ਉਹ ਪਿੱਛੇ ਵਾਈਟ ਹਾਊਸ ਆ ਉਹ ਦੇਖ ਸਕਦੇ ਆ ਜਿਹੜਾ ਕਿ 1792 ਚ ਬਣਨਾ ਤਿਆਰ ਹੋਇਆ ਸੀ 1800 ਚ ਬਣ ਗਿਆ ਸੀ ਤੇ ਆਇਰਿਸ਼ ਆਇਰਿਸ਼ ਬੰਦਾ ਸੀ ਆਇਰਲੈਂਡ ਦਾ ਜੀਨੇ ਵਾਈਟ ਹਾਊਸ ਦਾ ਪ੍ਰੋਜੈਕਟ ਤਿਆਰ ਕੀਤਾ ਸੀਗਾ ਜੇਮਸ ਹੋਵਨ ਹਨਾ ਸੋ ਅੱਜ ਦੇ ਦਿਨ ਵਾਈਟ ਹਾਊਸ ਨੂੰ ਅੱਗ ਲਾਤੀ ਸੀ ਕਿਹਨੇ ਅੱਗ ਲਾਤੀ ਸੀ ਇੰਗਲੈਂਡੀਆਂ ਨੇ ਉਹ ਵੀ ਤੁਹਾਨੂੰ ਦਿਖਾਉਨੇ ਅਮਰੀਕਾ ਤੋਂ ਬੜੇ ਭਰਾ ਦੇਖਦੇ ਆ ਆਹ ਦੇ ਵਾਈਟ ਹਾਊਸ ਦੇ ਬਾਹਰ ਖੜ ਖੜ ਤਸਵੀਰਾਂ ਖਿਚਾਉਂਦਾ ਸੀ ਮੋਦੀ ਆਪੋ ਝੋਲਾ ਪਾਇਆ ਸੀਗਾ ਪੱਤਾ ਛਾਪ ਵਾਲਾ ਦੇਖ ਸਕਦੇ ਆ ਜੀ ਜੇ ਕਿਸ ਨੂੰ ਸ਼ੱਕ ਚੇਕ ਬਾ ਮੋਦੀ ਆਊਟਸਾਈਡ ਵਾਈਟ ਹਾਊਸ ਭਰ ਲਿਓ ਤਸਵੀਰ ਇਹ ਵਾਲੀ ਆ ਜਾਣੀ ਆ ਸੋ ਆਪਣੇ ਯੂ ਐਸ ਏ ਤੋਂ ਗੈਰੀ ਭਾਜੀ ਆ ਸਿਆਟਲ ਵਾਲੇ ਦੇ ਹਵਾਰਾ ਪਿੰਡ ਕੋਲ ਦੇ ਥੈਂਕ ਯੂ ਵੀਰ ਜੀ ਦਾ ਪਹਿਲੇ ਦਿਨ ਤੋਂ ਸਪੋਰਟ ਆ ਧੰਨਵਾਦ ਇਹ ਤੁਹਾਨੂੰ ਦਿਖਾਉਨੇ ਆ ਇੱਕ ਸਕਿੰਟ ਤੇ ਹੋਰ ਵੀ ਤੁਹਾਨੂੰ ਦਿਖਾਉਨੇ ਇਹਨਾਂ ਦੇ ਮੰਤਰੀਆਂ ਦੀਆਂ ਕਤੂਤਾ ਔਰ ਰੱਬਾ ਔਰ ਰੱਬਾ ਔਰ ਰੱਬਾ ਜੇਦੂ ਹੁੰਦਾ ਜਿੱਦਣਾ ਦਰਸ਼ਨ ਕਰਨ ਗਿਆ ਸੀ ਪਤਾ ਨਹੀਂ ਕਿਹੜੀ ਨਜ਼ੀਦੀ ਦਾ ਪੈਰ ਤੇਲ ਕੇ ਜਾਂਦਾ ਡੱਡੂ ਜੀ ਦੇ ਦੰਦੀ ਵੱਢ ਜਾਂਦਾ ਪੈਰ ਦੇ ਗੂਠੇ ਤੇ ਤੇ ਡਰ ਕੇ ਡੇਪ ਜਾਂਦਾ ਤੇ ਮਰਮੁਰ ਜਾਂਦਾ ਹੁਣ ਉਹ ਦੇ ਸਾਡਾ ਇਹਨਾਂ ਹਾਲਾਤਾਂ ਚ ਨਹੀਂ ਸੀ ਹੁਣ ਦੇਖ ਸਕਦੇ ਆ ਮੋਦੀ ਕਹਿੰਦੇ ਜੋਗੀ ਬਣ ਗਿਆ ਸੀਗਾ ਅਮਰੀਕਾ ਜੇ ਤਾਂ ਪਤਾ ਨਹੀਂ ਕਦੋਂ ਤੁਰਿਆ ਫਿਰਦਾ ਸੀ ਚਾਹ ਵੇਚਣ ਵਾਲਾ ਦਾ ਭਰਾ ਉਹ ਦਿੱਲੀ ਨਹੀਂ ਟੱਪ ਸਕਦਾ ਇਹ ਅਮਰੀਕਾ ਇਹਨੂੰ ਕਿਵੇਂ ਪਛਾਣਦਾ ਸੀਗਾ ਇਹ ਸ਼ੁਰੂ ਤੋਂ ਹੀ ਲੁੱਟਦੇ ਆਏ ਆ ਦੇਸ਼ ਨੂੰ ਤੇ ਗਾਂ ਦਿਖਾਉਨੇ ਆ ਤੁਹਾਨੂੰ ਅੱਜ ਦੇ ਦਿਨ ਗਲੈਂਡੀਆਂ ਨੇ ਵਾਈਟ ਹਾਊਸ ਨੂੰ ਅੱਗ ਲਾਤੀ ਸੀ ਸਾਲ 1814 ਚ ਦੇਖ ਸਕਦੇ ਆ ਜੀ 1792 ਚ ਬਣਨਾ ਸ਼ੁਰੂ ਹੋਇਆ ਵਾਈਟ ਹਾਊਸ ਜੇਮਸ ਬੰਦਾ ਸੀ ਆਇਰਿਸ਼ ਉਹਨੇ ਉਹਦਾ ਪ੍ਰੋਜੈਕਟ ਸੀਗਾ ਆਰਕੀਟੈਕਟਰ 8 ਸਾਲ ਦੀ ਮਿਹਨਤ ਤੋਂ ਬਾਅਦ 1800 ਜੇ ਤਿਆਰ ਹੋਇਆ ਸੀ ਤੇ 1814 ਚ ਇੰਗਲੈਂਡੀਆਂ ਨੇ ਬਲੈਤੀਆਂ ਨੇ ਅੱਗ ਲਾ ਦਿੱਤੀ ਸੀ ਵਾਈਟ ਹਾਊਸ ਨੂੰ ਜਿੱਥੇ ਕੇ ਅਮਰੀਕਾ ਦੇ ਰਾਸ਼ਟਰਪਤੀ ਰਹਿੰਦੇ ਆ ਸਾਰਿਆਂ ਨੂੰ ਪਤਾ ਆ ਇਹ 1814 ਦੀ ਜਣੀ ਚਲੋ ਖੇਚੀ ਹੋਈ ਤਾਂ ਹੈ ਨਹੀਂ ਕਿ ਕਿਸੇ ਕਲਪਨਾ ਆ ਕਿਸੇ ਕਲਾਕਾਰ ਦੀ ਪਰ ਇਹ ਸੱਚ ਚ ਹੋਇਆ ਸੀਗਾ ਅੱਜ ਦੇ ਦਿਨ 24 ਅਗਸਤ 1814 ਨੂੰ ਇਸ ਨੂੰ ਅੱਗ ਲਾਈ ਗਈ ਸੀ ਵਾਈਟ ਹਾਊਸ ਨੂੰ ਤੇ ਬਾਈ ਜੀ ਉਹ ਚਲੋ ਆ ਤਸਵੀਰ ਆ ਗਈ ਚਲੋ ਪਹਿਲਾਂ ਆ ਦਿਖਾ ਦਿੰਨੇ ਆ ਇਹ ਬੰਦਾ ਜੀ ਅਮਰੀਕਾ ਦਾ ਸਭ ਤੋਂ ਉੱਚਾ ਲੰਮਾ ਬੰਦਾ ਸੀਗਾ 38 ਸਾਲ ਦੀ ਸਿਰਫ ਉਮਰ ਸੀ ਮੁੰਡੇ ਦੀ 38 ਸਾਲ ਦੀ ਉਮਰ 'ਚ ਚੜ੍ਹਾਈ ਕਰ ਗਿਆ 7 ਫੁੱਟ 8 ਇੰਚ ਤੋਂ ਜ਼ਿਆਦਾ ਕੱਦ ਸੀ ਤੁਸੀਂ ਦੇਖ ਸਕਦੇ ਆ ਹਾਈਟ ਇੱਕ ਨਾਰਮਲ ਪਰਸਨ ਦੀ ਹਾਈਟ ਤੇ ਇਹਦਾ ਡੀਲਡ ਆਲ ਦੇਖ ਲਓ ਹਨਾ ਚਲੋ ਕੁਦਰਤ ਲੋ ਇਹਦੇ ਹਾਰਮੋਨ 'ਚ ਥੋੜਾ ਸੀਗਾ ਤੇ ਇਸ ਦੀ ਮੌਤ ਹੋ ਗਈ ਵਿਚਾਰੇ ਦੀ 38 ਸਾਲ ਦੀ ਉਮਰ 'ਚ ਦੇਖੋ ਬੰਦੇ ਦਾ ਕੱਦ ਦੇਖੋ ਇੱਕ ਆ ਤਸਵੀਰ ਇਹਦੀ ਹੋਰ ਦਿਖਾ ਦਿੰਨੇ ਆ ਤੇ ਇਹਦੇ ਮੋਰਿਆ ਆਬਾਮਾ ਦੇਖੋ ਆਬਾਮਾ ਹੈਨਾ ਵਰਲਡਸ ਬਿਗੇਸਟ ਆਬਾਮਾ ਸਪੋਰਟਰ T-ਸ਼ਰਟ ਪਾਈ ਹੋਏ ਨੇ ਆਬਾਮੇ ਦਾ ਹੱਥ ਦੇਖੋ ਜਿੱਦਾ ਨਿਆਣਿਆਂ ਦਾ ਹੱਥ ਹੁੰਦਾ ਦੇਖ ਸਕਦੇ ਆ ਕਹਿੰਦਾ ਭਾਬ ਤੇ ਪਿੱਛੇ ਉਹ ਜਿਹੜੇ ਆਮ ਲੋਕ ਮੇਰੇ ਵਰਗੇ ਆਮ ਕੱਦ ਕਾਠ ਵਾਲੇ ਉਹ ਖੜੇ ਆ ਹੈਨਾ ਮਤਲਬ ਚੂਚੇ ਨਿਆਣੇ ਜਿਹਾ ਹੀ ਲੱਗਦੇ ਆ ਸਾਰੇ ਤੇ ਵਿਚਾਰਾ 38 ਸਾਲ ਦੀ ਉਮਰ ਚ ਰੱਬ ਨੂੰ ਪਿਆਰਾ ਹੋ ਗਿਆ ਕਿਉਂਕਿ ਮਤਲਬ ਹੈਨਾ ਤੇ ਬਾਕੀ ਆ ਬੀਜੇਪੀ ਵਾਲੇ ਚਾਮਲੇ ਫਿਰਦੇ ਆ ਫਿਰ ਯੁੱਗ ਨੂੰ ਯੁੱਗ ਜਦੋਂ ਟੱਕਰੇ ਫੇਰ ਪਤਾ ਲੱਗਦਾ ਵੀ ਕੀ 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 ਪਾ ਪੈਂਦੀ ਯਾਰੀ ਮਹਾਰਾਸ਼ਟਰ ਦਾ ਆ ਜੂਨੀਅਰ ਮਿਨਿਸਟਰ ਨਰੈਣ ਰਾਣੇ ਉੱਥੇ ਦੇ ਮੁੱਖ ਮੰਤਰੀ ਉਦਵ ਠਾਕਰੇ ਬਾਰੇ ਬੋਲਿਆ ਸੀ ਵੀ ਉਹਨੂੰ ਚਪੇੜ ਮਾਰਨੀ ਆ ਅਗਲੇ ਨੇ ਪਕੌੜੇ ਵੀ ਨਹੀਂ ਖਾਣ ਦਿੱਤੇ ਧਨੀਆ ਪਾਇਆ ਹੀ ਰਹਿ ਗਿਆ ਪਲੇਟ 'ਚ ਲੱਗਦਾ ਪੀਲਾ ਜਿਹਾ ਤਾਂ ਵੇਸਣ ਲੱਗਦਾ ਆ ਵੇ ਸੱਣੀ ਪਤਾ ਨਹੀਂ ਕੀ ਆ ਲੱਗਦਾ ਕੜਾ ਆ ਸੂਜੀ ਵਾਲਾ ਆ ਨਰੈਣ ਰਾणे ਜੂਨੀਅਨ ਮਿਨਿਸਟਰ ਬੀਜੇਪੀ ਦਾ ਵੱਡਿਆਂ ਲੀਡਰਾਂ ਚੋਂ ਇੱਕ ਪੁਲਿਸ ਚੱਕ ਕੇ ਲੈ ਗਈ ਪਲੇਨ ਸਣੇ ਕਹਿੰਦੇ ਆ ਜਾ ਪੁੱਤ ਜੇਲ੍ਹ 'ਚ ਹੀ ਹੁਣ ਤੈਨੂੰ ਖਲਾਵਾਵਾਂਗੇ ਚੱਕਰ ਕੀ ਓਏ ਚੱਕਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵਠਾਕਰੇ ਨੂੰ ਇਹ ਕਹਿੰਦਾ ਸੀ ਤੇਰੇ ਚਪੇੜ ਮਾਰਨੀ ਆ ਇਹਨੂੰ ਸੀਗਾ ਵੀ ਮੈਂ ਬੀਜੇਪੀ ਦਾ ਵੱਡਾ ਲੀਡਰ ਆ ਮੈਂ ਜੂਨੀਅਨ ਮਿਨਿਸਟਰ ਆ ਮੈਨੂੰ ਕੁਛ ਨਹੀਂ ਕਰ ਸਕਦੇ ਪਰ ਬਾਈ ਜੀ ਮਹਾਰਾਸ਼ਟਰ ਵਾਲੇ ਵੀ ਅਥਰੇ ਹੀ ਆ ਬਹਾਹਾ ਸ਼ਿਵਸੇਨ ਵਾਲੇ ਹਨਾ ਅਗਲੇ ਲੈ ਗਿਆ ਚੱਕੇ ਹੂੰਗਾ ਤੂੰ ਘਰੇ ਆਪਣੇ ਬੀਜੇਪੀ ਦਾ ਜੂਨੀਅਰ ਮਿਨਿਸਟਰ ਆ ਕਹਿੰਦਾ ਤੂੰ ਕਿਆ ਤੇ ਕਹਾ ਕਿਦਾ ਸਾਡੇ ਮੁੱਖ ਮੰਤਰੀ ਨੂੰ ਵੀ ਚਪੇੜ ਮਾਰੂੰਗਾ ਆ ਜਾ ਪੁੱਤ ਹੁਣ ਮਾਰ ਸਹੀ ਆ ਨਾ ਇਹਨੂੰ ਸਿਗਾ ਮੈਨੂੰ મોદી ਹੁਣਾਂ ਦੀ ਛੈ ਆ ਜੂਨੀਅਰ ਮਿਨਿਸਟਰ ਆ ਮੈਂ મોદી ਹੁਣਾਂ ਦਾ ਵੱਡਾ ਲੀਡਰ ਆ ਲੈ ਗਿਆ ਚੱਕੇ ਬਗਾਨੇ ਪੁੱਤ ਸਹੀ ਆ ਨਾ ਇਹ ਭਰਾਵੋ ਪੰਜਾਬ ਥੋੜੇ ਅਕਾਲੀ ਥੋੜੋ ਆ ਮੋਹਰਿਓ ਹਨਾ ਜਿਨ੍ਹਾਂ ਨਾਲ ਤੁਸੀਂ ਖਾਂਡ ਖਾਂਡ ਇਹਨਾਂ ਦੀ ਕਾਲੀਆਂ ਨਾਲ ਅਜੇ ਵੀ ਆ ਸਮਝੌਤਾ ਅੰਦਰ ਖਾਤੇ ਐਵੇਂ ਥੋੜੋ ਆ ਜਿਹੜੇ ਬੀਜੇਪੀ ਚੋਂ ਨਿਕਲ ਨਿਕਲ ਕੇ ਕਾਲੀਆਂ ਚ ਜਾਈ ਜਾਂਦੇ ਆ ਭਾਈ ਜੀ ਇਹਦੇ ਬਾਰੇ ਵੀ ਐਕਸਪਲੇਨ ਕਰਾਂਗੇ ਵਿਆਖਿਆ ਕਰਾਂਗੇ ਸੋ ਲੋਕੋ ਸੰਭਲ ਕੇ ਜੁੱਤੀਆਂ ਉਹੀ ਆ ਤੇ ਬਸ ਹਨਾ ਤੇ ਗਾਂ ਦਿਖਾਉਣੇ ਤੁਹਾਨੂੰ ਹੋਰ ਦੁਨੀਆਦਾਰੀ ਚ ਕੀ ਹੋ ਰਿਹਾ ਆ ਤੇ ਬਾਕੀ ਮੋਦੀ ਨੂੰ ਪਨੌਤੀ ਕਿਉਂ ਗਿਆ ਜਾਂਦਾ ਨਵਾਜ਼ ਸ਼ਰੀਫ ਨੂੰ ਜੱਫੀ ਪਾਈ ਉਹ ਗਿਆ ਵਿਚਾਰਾ ਫਿਰ ਟਰੰਪ ਨੂੰ ਜੱਫੀਆਂ ਪਾਈਆਂ ਉਹ ਵੀ ਚਲਾ ਗਿਆ ਫਿਰ ਇਜ਼ਰਾਇਲ ਦੇ ਨੇਤਨ ਜਾਹੂ ਨੂੰ ਜੱਫੀਆਂ ਪਾਈਆਂ ਉਹ ਵੀ ਚਲਾ ਗਿਆ ਤੇ ਅ ਗਨੀ ਸੀ ਹੁਣ ਅਫਗਾਨਿਸਤਾਨ ਵਾਲਾ ਇਹਨੂੰ ਜੱਫੀਆਂ ਪਾਈ ਜਿਹਨੂੰ ਜਿਹਨੂੰ ਮੋਦੀ ਨੇ ਜੱਫੀ ਪਾਈ ਉਹ ਚਲਾ ਗਿਆ ਸੱਤਾ ਤੋਂ ਜਹਾਨੋਂ ਵੀ ਤੁਰ ਜਾਣਾ ਵਿਚਾਰਿਆਂ ਨੇ ਸੋ ਦੇਖ ਸਕਦੇ ਆ ਇਸ ਨੂੰ ਨਾ ਹੋਰ ਵੀ ਕਈ ਲੀਡਰ ਆ ਜਿਨ੍ਹਾਂ ਜਿਨ੍ਹਾਂ ਦੀ ਸਪੋਰਟ ਚ ਮੋਦੀ ਗਿਆ ਸੀ ਸਾਰੇ ਸਾਰਿਆਂ ਦਾ ਅਖਤਾਈ ਪਾਰਟ ਹੋ ਗਿਆ ਬਾਈ ਜੀ ਸੋ ਇਸ ਨੂੰ ਹਿੰਦੀ ਚ ਪਨੋਤੀ ਕਹਿੰਦੇ ਆ ਤੇ ਪੰਜਾਬੀ ਚ ਇਹਨੂੰ ਨੈਚੀ ਕਿਹਾ ਜਾਂਦਾ ਆ ਸੋ ਦੇਖ ਸਕਦੇ ਆ ਇਸ ਨੈਚੀ ਨੇ ਜਿਸ ਦੇਸ਼ ਨਾਲ ਜੱਫੀਆਂ ਪਾਈਆਂ ਤੇ ਬਸ ਫਿਰ ਦੇਖ ਸਕਦੇ ਆ ਗਾਹ ਦਿਖਾਉਣੇ ਤੁਹਾਨੂੰ ਇੱਕ ਹੋਰ ਤੇ ਬਾਕੀ ਬਾਈ ਜੀ ਅਫਗਾਨਿਸਤਾਨ ਨੂੰ ਗ੍ਰੇਵਯਾਰਡ ਆਫ एंपਾਇਰਸ ਕਿਹਾ ਜਾਂਦਾ ਭਈ ਇੱਥੇ ਕੋਈ ਵੀ ਟਿਕਿਆ ਨਹੀਂ ਤੁਹਾਨੂੰ ਦਿਖਾਉਣੇ 1839 ਤੋਂ 2021 ਤੱਕ ਦਾ ਇਤਿਹਾਸ ਅਮਰੀਕਾ ਦੀ ਫੌਜ 2001 ਤੋਂ ਦੋ ਇਹ ਸਰਕਾਰੀ ਡਾਟਾ ਆ ਇਹਨਾਂ ਤੋਂ ਬੱਦਵੀ ਮੌਤਾਂ ਹੋ ਸਕਦੀਆਂ ਹਨਾ ਇਹ ਤਾਂ ਸਰਕਾਰੀ ਜੋ ਡਾਟਾ ਅਮਰੀਕਾ ਦੀ ਆਰਮੀ ਨੇ ਪ੍ਰੋਵਾਈਡ ਕੀਤਾ ਵੀ ਸਾਡੇ ਇੰਨੇ ਬੰਦੇ ਮਰੇ ਆਪਾਂ ਤਾਂ ਹੁਣ ਉਹੀ ਲਿਖਿਆ ਸ਼ੋਅ ਕਰਨਾ ਮਾਰੇ ਨੂੰ ਭਾਵੇਂ 10000 ਮਰਿਆ ਹੋਵੇ ਹਨਾ ਅਮਰੀਕਾ 2001 ਤੋਂ 2021 ਤੱਕ ਰਿਆ ਤੇ ਇਹਨਾਂ ਦੇ ਇੰਨੀਆਂ ਹੋ ਹੋਈਆਂ ਹਨਾ ਮੌਤਾਂ ਤੇ ਇਸੋ ਤੇ ਨੈਟੋ ਦੀਆਂ ਫੌਜਾਂ ਰਹੀਆਂ ਸੀਗੀਆਂ 2001 ਤੋਂ ਹੀ 2021 ਤੱਕ ਨੈਟੋ ਦੇਸ਼ ਤੁਹਾਨੂੰ ਪਤਾ ਹੀ ਹੈ ਕਿਹੜੇ ਹਨ 1147 ਤੇ ਆਪਣਾ ਰਸ਼ੀਆ ਰਿਹਾ ਸੀ 79 ਤੋਂ 99 ਤੱਕ ਤੇ 14000 ਫੌਜੀ ਮਰੇ ਸੀ ਬ੍ਰਿਟਿਸ਼ ਅੰਪਾਇਰ ਇੰਗਲੈਂਡੀਏ ਵੀ ਰਹੇ ਸੀਗੇ ਉੱਥੇ ਹਨਾ 200 ਫੌਜੀ ਬ੍ਰਿਟਿਸ਼ ਅੰਪਾਇਰ ਤਿੰਨ ਵਾਰੀ ਉੱਥੇ ਦੇਖ ਸਕਦੇ ਆ ਐਂਗਲੋ ਆ ਜਿਹੜੀ ਐਂਗਲੋ ਅਫਗਾਨਵਾਰ ਐ ਇਦਾਂ ਹੀ ਐਂਗਲੋ ਸਿੱਖਵਾਰ ਹੋਈਆਂ ਪਹਿਲੀ ਸਿੱਖਵਾਰ ਤੇ ਦੂਜੀ ਸਿੱਖਵਾਰ ਤੇ ਉਹਨਾਂ ਚ ਗੋਰਿਆਂ ਦਾ ਸਾਥ ਦਿੱਤਾ ਸੀ ਬਾਈ ਜੀ ਪਟਿਆਲਾ ਰਿਆਸਤ ਨੇ ਏਡੇ ਏਡੇ ਮਹਿਲ ਐ ਮੀ ਨਹੀਂ ਮਿਲਿਓ ਗਦਾਰੀਆਂ ਕਰਕੇ ਮਿਲਿਓ ਤੇ ਉਹੀ ਤੁਹਾਡੇ ਛੱਤਰ ਮਾਰਦੇ ਆ ਤੇ ਸੀਤਾ ਫਲ ਖਾ ਕੇ ਤੁਹਾਡੇ ਛੱਤਰ ਮਾਰਦੇ ਛੱਤਰ ਖਾਈ ਚਲੋ ਕਿਸੇ ਦਾ ਕੀ ਜਾਂਦਾ ਹਨਾ ਸੋ ਐਂਗਲੋ ਸਿੱਖ ਵਾਰ ਫਸਟ ਤੇ ਟੂ ਪੜ੍ਹ ਲਿਓ ਪਤਾ ਲੱਗ ਜੂ ਵੀ ਗੋਰਿਆਂ ਨੇ ਜਿਹੜੀਆਂ ਜ਼ਗੀਰਦਾਰੀਆਂ ਏਡੇ ਏਡੇ ਮਹਿਲ ਦਿੱਤੇ ਉਹ ਫ੍ਰੀ ਖਾਤੇ ਨਹੀਂ ਦਿੱਤੇ ਉਹ ਗੋਰਿਆਂ ਦੀ ਚਾਪਲੂਸੀ ਕਰਕੇ ਮਿਲਿਓ ਆ ਸੋ ਸਿੱਖਾ ਦੇ ਰਾਜ ਦਾ 1839 ਤੋਂ ਬਾਅਦ ਪਤਨ ਦਾ ਕਾਰਨ ਆ ਜਿਹੜੀ ਪਟਿਆਲਾ ਰਿਆਸਤ ਆ ਇਹ ਵੀ ਸੀਗੀ ਮੇਨ ਪੜ੍ਹ ਲਿਓ ਜੇ ਨਹੀਂ ਪੜਿਆ ਤਾਂ ਕੋਲੋਨੀ ਮੈਂ ਗੱਲਾਂ ਕਹਿੰਦਾ ਹਨਾ ਗਾਹ ਦਿਖਾਉਣਾ ਤੁਹਾਨੂੰ ਇੱਕ ਮਿੰਟ ਤਸਵੀਰਾਂ ਰਹਿ ਗਈਆਂ ਦੋ ਹੋਰ ਤੇ ਦੋ ਹੋਰ ਜੀ ਬਾਈ ਜੀ ਕਈ ਕੁਝ ਹੋ ਰਿਹਾ ਖਿੱਤੇ ਚ ਤੇ ਬਾਕੀ ਆ ਬਾਈ ਅਖਸ਼ੇ ਕੁਮਾਰ ਦੀ ਭੈਣ ਲੱਭਈਆ ਅਖਸ਼ੇ ਕੁਮਾਰਾ ਇਹ ਤਸਵੀਰ ਬਹੁਤ ਵਾਇਰਲ ਹੋ ਰਹੀ ਆ ਦੇਖ ਸਕਦੇ ਆ ਅਖਸ਼ੇ ਕੁਮਾਰ ਹੀ ਲੱਗਦਾ ਪਰ ਇਹ ਚਕਸ਼ੇ ਕੁਮਾਰ ਹੈ ਨਹੀਂਗਾ ਸੋ ਇਹ ਸੌਰਤ ਹੈ ਔਰਤ ਹੀ ਆ ਇਸ ਔਰਤ ਦੀ ਤਸਵੀਰ ਬਹੁਤ ਵਾਇਰਲ ਹੋ ਰਹੀ ਆ ਕਿਹਾ ਜਾ ਰਿਹਾ ਵੀ ਅਖਸ਼ੇ ਕੁਮਾਰ ਦੀ ਬਿਛੜੀਓ ਭੈਣ ਮਿਲ ਗਈ ਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਆਪਾਂ YouTube ਤੇ ਦੇਖਦੇ ਆ ਬਹੁਤੇ ਹੁਣ ਦਾ ਪੰਜਾਬੀ ਜੋੜੀਆਂ ਬਾਈ ਜੀ ਵਿਆਹ ਕਰਾਓ ਮਿਸੇਸ ਐਂਡ ਮਿਸਟ ਸ਼ਿੱਕੂ ਲਖਾਓ ਜਾਂ ਜੋ ਵੀ ਆ ਹਨਾ ਆਈਡੀ ਦਾ ਨਾਮ ਰੱਖਣਾ ਤੇ ਘਰ ਵਾਲੀ ਦੇ ਚੂੜਾ ਪਾਓ ਬਾਸੂ ਦੇ ਨਖਰੇ ਜੇ ਕਰਾਓ ਤੇ ਬਸ ਸਾਰੇ ਜਹਾਨ ਨੂੰ ਦਿਖਾਓ ਕੰਮ ਕਰਨ ਦੀ ਲੋੜ ਨਹੀਂ ਤੇ ਲੱਖਾਂ ਹੀ ਡਾਲਰ ਕਮਾਓ YouTube ਨੇ ਕਿਹਾ ਆ ਪਿਛਲੇ 3 ਸਾਲਾਂ ਚ YouTube ਨੇ ਆਪ ਕਿਹਾ ਪਿਛਲੇ 3 ਸਾਲਾਂ ਚ 30 ਬਿਲੀਅਨ ਡਾਲਰ ਦਿੱਤਾ ਜਿਹੜੇ YouTube ਤੇ ਵੀਡੀਓ ਪਾਉਂਦੇ ਆ 30 ਬਿਲੀਅਨ ਡਾਲਰ ਬਾਈ ਜੀ 30 ਬਿਲੀਅਨ ਡਾਲਰ ਜੇ ਰਪਈਆਂ ਚ ਕਰੀਏ ਤਾਂ ਮੈਂ ਕਹਿੰਨਾ ਬਾਈ ਜੀ ਛੱਡੋ ਮੈਂ ਤਾਂ ਐਕਸਪਲੇਨ ਹੀ ਨਹੀਂ ਹੁੰਦਾ ਵੀ ਪੈਸੇ ਇੰਨੇ ਬਣ ਜਾਂਦੇ ਆ ਸੋ YouTube ਤੇ ਤੁਹਾਡੇ ਮੋਰੇ ਆਉਂਦੀਆਂ ਆਉਂਦੇ ਆ ਲੋਕ ਹਨਾ ਆਪਣੇ ਚਲੋ ਠੀਕ ਆ ਹਨਾ ਯਾਰ ਪਤਾ ਕੀ ਗੱਲ ਹੈ ਜੀ ਕੋ ਕੰਟੈਂਟ ਹੁੰਦਾ ਜਿਹਨੂੰ ਜਿਹਦੇ ਹੁਣ ਜਿੱਦਾਂ ਆਪਣਾ ਸੈਮੀ ਭਰਾ ਹੈ ਆਸਟ੍ਰੇਲੀਆ ਤੋਂ ਸੈਮੀ ਨਾ 07 ਕਿੰਨੀਆਂ ਵਧੀਆ ਵੀਡੀਓ ਪਾਉਂਦੇ ਕੰਟੈਂਟ ਵੀ ਹੈ ਅਗਲੇ ਆ ਕੋ ਵਧੀਆ ਵੀ ਲੱਗਦੀਆਂ ਜਿਹਨਾਂ ਕੋ ਕੋਈ ਕੰਟੈਂਟ ਹੀ ਹੈ ਨੀਗਾ ਸਵੇਰ ਤੋਂ ਸ਼ੁਰੂ ਹੋ ਜਾਂਦੇ ਆ ਹਨਾ ਹੁਣ ਕੀ ਦੱਸਾਂ ਪ੍ਰਭੂ ਚਲੋ ਠੀਕ ਆ ਪਰਿਵਾਰ ਸੁਣਦਿਆ ਸੋ ਸ਼ਬਦਾਵਲੀ ਵਰਤ ਵੀ ਨਹੀਂ ਸਕਦਾ ਤੁਸੀਂ ਆਪ ਸਿਆਣੇ ਆ ਉਹ ਸਭ ਬਸ ਮੋਹ ਮਾਇਆ ਦਾ ਖੇਲ ਹੀ ਆ ਤੇ YouTube ਨੇ ਆਪ ਕਹਿਆ ਪਿਛਲੇ 3 ਸਾਲਾਂ ਚ 30 ਬਿਲੀਅਨ ਡਾਲਰ ਆਪਾਂ ਦਿੱਤੇ ਲੋਕਾਂ ਨੂੰ ਜਿਹੜੀਆਂ YouTube ਤੇ ਵੀਡੀਓ ਪਾਉਂਦੇ ਆ ਸੋ ਬਸ ਮਾਇਆ 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 ਤੇ ਬਾਕੀ ਬਾਈ ਜੀ ਦੋ ਚੀਜ਼ਾਂ ਹੋਰ ਕੰਪੇਅਰ ਕਰਦਾ ਅਫਗਾਨਿਸਤਾਨ 'ਚ ਬਹੁਤ ਮਾੜਾ ਹਾਲ ਆ ਆਮ ਲੋਕਾਂ ਦਾ ਦੇਖ ਸਕਦੇ ਆ ਜੀ ਇਹ ਤਾਲਿਬਾਨ ਦੇ ਲੜਾਕਿਆਂ ਵੀਡੀਓ ਦੇਖ ਕੇ ਮੇਰਾ ਰੋਣਾ ਆ ਗਿਆ ਦੇਖੋ ਜੀ ਇਹਨਾਂ ਦੀ ਬਾਪੂ ਜੀ ਦੀ ਉਮਰ ਕਿੰਨੀ ਆ ਹੈ ਮਤਲਬ 60 70 ਤੋਂ ਵੱਧ ਹੋਣੇ ਵਿਚਾਰਿਆਂ ਨੂੰ ਸੈਂਟਿਆਂ ਨਾਲ ਕੁੱਟਿਆ ਜਾ ਰਿਹਾ ਆ ਦੇਖੋ ਇਹ ਲੱਤ ਮਾਰਦਾ ਇਹਨਾਂ ਦੇ ਲੱਕ 'ਚ ਤੇ ਡਿੱਗਦੇ ਆ ਪਿੱਛੇ ਦੂਰ ਜਾ ਕੇ ਹਨਾ ਭਈ ਚਲੋ ਅਨਾ ਮੇਰੇ ਰੇਡੀਓ ਤੇ ਵੀ ਕਈ ਪਾਕਿਸਤਾਨ ਤੋਂ ਭਰਾ ਕਾਲ ਕਰਦੇ ਹੁੰਦੇ ਤਾਲਿਬਾਨ ਦੇ ਹੱਕ 'ਚ ਭੁਗਤਦੇ ਆ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਸੋਚਣੀ ਆ ਮੈਂ ਅਜੇ ਵੀ ਤਾਲਿਬਾਨ ਦੀ ਜਿਹੜੀ ਕੀ ਕਹਿੰਦੇ ਹੁੰਦੇ ਆ ਕੀ ਕਹਿੰਦੇ ਹੁੰਦੇ ਯਾਰ ਜਿਹੜੀ ਤਾਲਿਬਾਨ ਦੀ ਨੀਤੀ ਆ ਜਾਂ ਸੋਚਣੀ ਮੈਂ ਉਸ ਦਾ ਜੇ ਵੀ ਵਿਰੋਧ ਕਰਦਾ ਹਾਂ ਨਾ ਮੈਂ ਇਹਨਾਂ ਦੇ ਪੱਖ 'ਚ ਨਹੀਂ ਗਾ ਚਲੋ ਠੀਕ ਹੈ ਕਈ ਵਾਰ ਪੱਛਮੀ মিডিਆ ਹੋਰ ਕੁਝ ਪੋਰਟਰੇਟ ਕਰਦਾ ਹੁੰਦਾ ਪਰ ਆ ਥੋੜੋ ਹੁਣ ਪੱਛਮੀ মিডিਆ ਨੇ ਦਿਖਾਈਆਂ ਉਹ ਵਿਚਾਰਾ ਮਤਲਬ 70 80 ਸਾਲ ਦਾ ਬਾਪੂ ਉਹਦੇ ਸੈਂਟੇ ਮਾਰਦੇ ਰੋਂਦਾ ਵਿਚਾਰਾ ਨਿਆਣੇ ਵਾਂਗੂ ਲੱਤ ਮਾਰਦਾ ਉਹਦੇ ਲੱਕ 'ਚ ਦੂਰ ਜਾ ਕੇ ਡਿੱਗਦਾ ਹਨਾ ਇਹ ਤਾਂ ਇੱਕ ਤਸਵੀਰ ਹੈ ਇੰਨਾਂ ਦੀਆਂ ਲੱਖਾਂ ਹਨਾ ਹੋਰ ਦਿਖਾਉਣਾ ਤੁਹਾਨੂੰ ਤੇ ਸੇਮ ਹਾਲ ਇੱਕ ਹੋਰ ਦੇਸ਼ ਜਿੱਥੇ ਕਿਹਾ ਜਾਂਦਾ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਹੈ ਹਨਾ ਤੇ ਉੱਥੇ ਜੀ ਅੱਧੀ ਮੈਂ ਵੀਡੀਓ ਟਵਿੱਟਰ ਤੇ ਪਾਉਂਗਾ ਦੇਖ ਲਿਓ ਇਹ ਜੀ ਬੀਜਪੀ ਦਾ ਪ੍ਰੀਸ਼ਦ ਆ ਹੋਇਆ 파ਰਸ਼ਦ ਆ ਹਨਾ ਜੋ ਵੀ ਹਨਾ ਕਾਉਂਸਲ ਚ ਹੁੰਦੇ ਆ ਤੇ ਜਾਂਦਾ ਇੱਕ ਔਰਤ ਕੋ ਤੇ ਉਸ ਨੂੰ ਧੱਕੇ ਨਾਲ ਵੀ ਉਹੀ ਜਿਦਾ ਫਿਲਮਾਂ 'ਚ ਹੁੰਦਾ ਲੀਡਰ ਜਾਂਦੇ ਹੁੰਦੇ ਔਰਤਾਂ ਕੋ ਵੀ ਸਾਡੀ ਸਰਕਾਰ ਆ ਅਪ ਤਾਂ ਉਹਨਾਂ ਧੱਕਾ ਕਰਾਂਗੇ ਅਗਲੀ ਨਹੀਂ ਮੰਦੀ ਤੇ ਦੂਜੇ ਦਿਨ ਆ ਕੇ ਹੁਣ ਉਹਨੂੰ ਕੁੱਟ ਦਾਇਆ ਇਹਦੀ ਟਵਿੱਟਰ ਤੇ ਮੈਂ ਵੀਡੀਓ ਪੋਸਟ ਕਰ ਦੂੰ ਆ ਦੇਖ ਲਓ ਅਫਗਾਨਿਸਤਾਨ ਤੇ ਭਾਰਤ ਜਿਵੇਂ ਫਰਕ ਕੀ ਰਹਿ ਗਿਆ ਹਨਾ ਸਾਰੇ ਕੁਛ ਇੱਥੇ ਬਾਈ ਜੀ ਗੁੰਡਾ ਰਾਜ ਸ਼ਰੇਆਮ ਬੀਜੇਪੀ ਦਾ ਚੱਲਦਾ 36 ਗੜ ਦੀ ਖਬਰ ਆ ਦੇਖੋ ਕਿਦਾਂ ਉਹਨੂੰ ਬਾਲਾਂ ਤੋਂ ਫੜ ਕੇ ਕਢੀਸ ਦਾ ਕਿਦਾਂ ਕੁੱਟਦਾ ਚੱਕਰ ਕੀ ਆ ਬੀਜੇਪੀ ਦਾ ਬੰਦਾ ਆ ਹੋਰ ਕੁਛ ਨਹੀਂਗਾ ਹਨਾ ਕੋਈ ਡਰ ਡੁੱਕਰ ਪੁਲਿਸ ਤੋਂ ਡਰਦੀ ਕਾਸੀ ਦੀ ਛੇ ਹੀ ਹੈ ਨੀਗੀ ਤੇ ਇਟਲੀ ਤੋਂ ਵੀ ਬਹੁਤ ਵੀਰ ਭਰਾ ਸੁਣਦੇ ਆ ਇਟਲੀ ਦੇ ਰੋਮ ਤੋਂ 50 60 ਕਿਲ 40 ਮੀਲ ਮਤਲਬ 70 75 ਕਿਲੋਮੀਟਰ ਦੂਰ ਮੈਂਜ਼ੀਓ ਇੱਕ ਸ਼ਹਿਰ ਆ ਜਿੱਥੇ ਕੇ ਘਰ ਇੱਕ ਯੂਰੋ ਦਾ ਵਿਕ ਰਿਹਾ ਹਾਂਜੀ ਸਹੀ ਸੁਣਿਆ ਤੁਸੀਂ ਇਹ ਕੋਈ ਝੂਠੀ ਖਬਰ ਨਹੀਂ ਜਿੱਦਾਂ ਮਤਲਬ ਹੁੰਦੀ ਇਹ ਸੱਚੀ ਖਬਰ ਆ ਪਰ ਇੱਕ ਯੂਰੋ ਦਾ ਤੁਹਾਨੂੰ ਘਰ ਮਿਲ ਸਕਦਾ ਆ ਪਰ 5000 ਯੂਰੋ ਤੁਹਾਨੂੰ ਸ਼ੁਰੂ ਚ ਕੀ ਦਿੰਦੇ ਹੁੰਦੇ ਆ ਹੈ ਡਾਊਨ ਪੇਮੈਂਟ ਨਹੀਂ ਨਹੀਂ ਮਤਲਬ ਜਦੋਂ ਬੇਸਮੈਂਟ ਕਿਰਾਏ ਦੇ ਲਈ ਉਤੋਂ ਪਹਿਲਾਂ ਕੀ ਦੇਈਦਾ ਡਿਪੋਜ਼ਿਟ ਮਤਲਬ 5000 ਯੂਰੋ ਤੁਹਾਨੂੰ ਡਿਪੋਜ਼ਿਟ ਦੇਣਾ ਪੈਣਾ ਆ ਹਨਾ ਉਹ ਤਾਂ ਚਲੋ ਤੁਹਾਡਾ ਹੀ ਉਹ ਤਾਂ ਮੁੜੇ ਹੀ ਆਉਣਾ ਆ ਸੋ ਮੈਂਜ਼ੀਓ ਜੇ ਮੈਂ ਪਰਨਾਉ ਸ਼ਰੀ ਸ਼ੁਰੂ ਸਹੀ ਕੀਤਾ ਰੋਮ ਤੋਂ 40 ਮੀਲ ਦੂਰ ਆ ਸੋ ਜੇ ਕੋ ਇਟਲੀ ਚ ਵੀਰ ਭਰਾ ਰਹਿੰਦਾ ਆ ਉਹਨਾਂ ਤਾਂ ਖਬਰ ਪਹੁੰਚਾ ਦਿਓ ਤੇ ਜਾ ਕੇ ਪਤਾ ਕਰਿਆ ਹੁਣ ਹਨਾ ਰੋਮ ਦੇ ਨੇੜੇ ਤੇੜੇ ਆਪਣੇ ਬਹੁ ਰਹਿੰਦੇ ਆ ਵੀਰ ਭਰਾ ਸੋ ਦੇਖ ਸਕਦੇ ਮੈਂਜ਼ੀਓ ਸ਼ਹਿਰ ਦਾ ਨਾਮ ਆ ਤੇ ਇੱਕ ਜੂਰੋ ਦਾ ਘਰ ਵਿਕਰਿਆ ਆ ਸਹੀ ਸੁਣਿਆ ਤੁਸੀਂ ਕਈ ਘਰ ਸੰ 1700 ਦੇ ਵੀ ਬਣੇ ਹੋਏ ਆ ਹਨਾ ਰੋਮਨ ਐਂਪਾਇਰ ਬੇਲੇ ਦੇ ਪੁਰਾਣੇ ਹੀ ਉਤੋਂ ਵੀ ਪੁਰਾਣੇ ਆ ਹਨਾ ਤੋ ਦੇਖ ਸਕਦੇ ਆ 5000 ਜ਼ੀਰੋ ਡਿਪੋਜ਼ਿਟ ਦੇਣਾ ਪੈਣਾ ਉਹ ਤਾਂ ਚਲੋ ਮੁੜੇ ਹੀ ਆਉਣਾ ਸੋ ਇਹ ਕੀਮਤ 1 ਰੁਪਈਆ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਤਸਵੀਰ ਹੋਰ ਰਹਿ ਗਈ ਉਹ ਦਿਖਾਉਨੇ ਆ ਜੀ ਤੇ ਬਾਕੀ ਕੀ ਹੋ ਰਿਹਾ ਆਪਣੇ ਖਿੱਤੇ ਚ ਤੇ ਤਸਵੀਰਾਂ ਹੋਰ ਵੀ ਸੀ ਚਲੋ ਸ਼ਾਮ ਨੂੰ ਦਿਖਾ ਦਾਂਗੇ ਆ ਦਿਖਾਉਨੇ ਆ ਆ ਦੇਖੋ ਜੀ ਭਾਰਤ ਦਾ ਨਕਸ਼ਾ ਇੰਡੀਆ ਭਾਰਤਾ ਸਿਆਚਨ ਇੱਧਰ ਆ ਗਿਆ ਚੀਨ ਤੇ ਇੱਧਰ ਅਫਗਾਨਿਸਤਾਨ ਆ ਤੇ ਇੱਧਰ ਤਾਜਿਕਸਤਾਨ ਆ ਇੱਥੇ ਇਹ ਜਿਹੜਾ 에어ਬੇਸ ਆ ਆਈਨੀ 에어ਬੇਸ ਤੇ ਆ ਫਰ ਕੋਰੀਰ ਵੀ ਇਹ ਦੋਏ ਭਾਰਤ ਦੇ ਆ ਹਾਂਜੀ ਸਹੀ ਸੁਣਿਆ ਤੁਸੀਂ ਇਹ ਭਾਰਤ ਦੇ 에ਅਰਵੇਸ ਆ ਸੋ ਇਹ ਅਫਗਾਨਿਸਤਾਨ ਦੇ ਨੇੜੇ ਹੀ ਆ ਹਨਾ ਤੇ ਇਧਰ ਪਾਕਿਸਤਾਨ ਵੀ ਨੇੜੇ ਹੀ ਪੈ ਜਾਂਦਾ ਸੋ ਹੁਣ ਇਹ ਨਿਊਜ਼ ਆ ਰਹੀਆਂ ਆ ਵੀ ਭਾਰਤ ਨੇ ਉੱਥੇ ਸੁਖੋਈ 30 ਉਹ ਕਰਤੇ ਆ ਟੈਂਪਰੇਰੀ ਹਨਾ ਜਿੱਦਾਂ ਬਈ ਬਾਕੀ ਖਬਰਾਂ ਵਾਲੇ ਕਹਿੰਦੇ ਹੁੰਦੇ ਰਿਪੋਰਟ ਆ ਰਹੀਆਂ ਆ ਨੌਰਥ ਸ਼ੋਰ ਆਪ ਵੀ ਉਦਾਂ ਹੀ ਕਹਿ ਦਿੰਦੇ ਆ ਹਨਾ ਆਪਾਂ ਕੋਈ ਝੂਠੀਆਂ ਖਬਰਾਂ ਥੋੜੋ ਫਲਾਉਣੀਆਂ ਫੇ ਰਿਪੋਰਟ ਆ ਰਹੀਆਂ ਸਾਨੂੰ ਸਾਡੇ ਸਰੋਤਾਂਨ ਜਿਹੜੇ ਸਰੋਤ ਆ ਸਾਡੇ ਜਸੂਸ ਆ ਉਹਨਾਂ ਨੇ ਖਬਰ ਪਹਚਾਈ ਆ ਵੀ ਸਖੋਈ M30 ਸੂਤਰ ਹਾਂ ਸਰੋਤ ਸੂਤਰ ਇੱਕੋ ਹੀ ਹੁੰਦੇ ਸਾਡੇ ਸੂਤਰਾਂ ਨੇ ਖਬਰ ਪਹਚਾਈ ਆ ਭਾਰਤ ਨੇ ਆਪਣੇ ਇਸ ਐਣੀ 에ਅਰਬੇਸ ਤੇ ਇੱਥੇ ਤਾਜਿਕਿਸਤਾਨ ਚ ਜੋ ਕਿ ਅਫਗਾਨਿਸਤਾਨ ਦੇ ਨੇੜੇ ਹੀ ਆ ਉੱਥੇ ਆਪਣੇ ਸਖੋਈ M30 ਡਿਪਲੋਏ ਕਰਤੇ ਆ ਸੋ ਸਾਡੇ ਸੂਤਰਾਂ ਨੇ ਖਬਰ ਦਿੱਤੀ ਆ ਸੋ 100% ਸ਼ੋਰ ਨਿਗਾ ਇਹ ਆ ਜੀ ਸਖੋਈ M30 MKi ਇਹ ਦੇਖ ਸਕਦੇ ਆ ਜੀ ਤੇ ਬਾਕੀ ਤਸਵੀਰ ਰਹਿ ਗਈ ਇੱਕ ਤੇ ਬਾਕੀ ਜੀ ਚਲਦੇ ਆ ਰੇਡੀਓ ਤੇ ਚਾਹ ਪਾਣੀ ਪੀ ਕੇ 20 ਕੁ ਮਿੰਟ 30 ਕੁ ਮਿੰਟ ਤੱਕ ਉੱਥੇ ਕੋਲ ਨਾਲ ਲੈਣੇ ਤੁਹਾਡੀਆਂ ਕਈ ਦਿਨ ਹੋ ਗਏ ਰੇਡੀਓ ਤੇ ਨਹੀਂ ਆਇਆ ਹੋਇਆ ਤੇ ਗੱਲਬਾਤ ਕਰਦੇ ਆ ਤੇ ਬਾਕੀ ਜੀ ਸਾਰਿਆਂ ਨੂੰ ਰਿਕੁਐਸਟ ਇੱਕੋ ਹੀ ਆ ਜੀ ਤੇ ਬਾਕੀ ਕਰਦੇ ਤੁਸੀਂ ਹੈਨਿੰਗੇ ਭਰਾਵੋ ਕਰਦੇ ਆ ਕਰੋ ਆਪਣਾ ਜਿਹੜਾ ਕੋਈ ਗੋਡਫਾਦਰ ਆ ਰੋਜੀ ਰੋਟੀ ਤੁਹਾਡੇ ਸਿਰ ਤੇ ਹੀ ਆ ਕਲਿੱਕਾਂ ਦੇ ਸਿਰ ਤੇ ਆ ਹਨਾ ਸਾਡੇ ਕੋ ਕਿਹੜਾ ਮਤਲਬ ਹੁਣ ਵਿਊ ਲੈਣ ਲਈ ਹੁਣ ਤੁਹਾਨੂੰ ਪਤਾ ਹੀ ਆ ਲੋਕ ਕੀ ਕੀ ਦਿਖਾਉਂਦੇ YouTube ਤੇ ਸਾਕੋ ਦਾ ਹੈਨਿੰਗਾ ਹਨਾ ਸਾਡੇ ਕੋ ਦਾ ਭਰਾਵੋ ਹਨਾ ਗੱਲਾਂ ਹੀ ਆ ਤੂੰ ਬਾਕੀ ਜੀ ਸਭ ਨੂੰ ਪਤਾ ਕਿਦਾਂ ਕਲਿੱਕ ਕਰਨੀਆਂ ਦੇਖੋ ਹਰੇਕ ਵੀਡੀਓ ਤੇ ਲਿੰਕ ਪਾਇਆ ਆ ਨੀਲਾ ਜਿਹਾ ਜਿਹੜਾ ਲਿੰਕ ਇਦਾਂ ਓਪਨ ਹੋ ਜਾਣਾ ਦੋ ਵੈਡਾ ਆਉਣੀਆਂ ਇੱਕ ਆ ਸਿਰੇ ਤੇ ਇੱਕ ਆ ਮੇਰੇ ਸਿਰ ਦੇ ਉੱਤੇ ਹਨਾ ਸੋ ਆ ਜੀ ਅੱਛਾ ਡੋਂਟ ਪੇ ਪੈਨੀ ਐਂਟਲ 222 ਕਹਿੰਦੇ ਘਰ ਖਰੀਦ ਲਓ 222 ਤੱਕ ਪੈਸੇ ਦੇਣ ਦੀ ਲੋੜ ਹੀ ਨਹੀਂ ਅੱਛਾ ਜੀ ਘਰ ਕਾਦੇ ਮੈਨੂੰ ਦਿਖਾਉਂਦੇ ਰਹਿੰਦੇ ਆ ਯਾਰ ਐ ਕਿਹੜਾ ਘਰ ਲੱਭਦਾ ਫਿਰਦਾ ਤੇ ਆ ਲਓ ਜੀ ਇੱਕ ਇਦਾਂ ਦੂਜੀ ਆ ਆਦ ਦੋ ਐਡਾ ਆਉਣੀ ਆ ਸੋ ਇਹਨਾਂ ਤੇ ਕਲਿੱਕ ਕਰ ਦਿਆ ਕਰੋ ਜੀ ਓਕੇ ਮਿਲਦੇ ਆ 30 40 ਮਿੰਟ ਤੱਕ ਤੇ ਬਾਕੀ ਉਹ ਬਾਈ ਵੀ ਦबई ਤੋਂ ਆ ਇੱਧਰ ਮੇਰੇ ਬੈਠਾ ਕਵੇਤ ਤੋਂ ਆ ਮੈਂ ਵੀ ਕਵੇਤ ਤੋਂ ਆ ਸੋ ਚਾਹ ਵਰ ਰਹੀ ਆ 30 40 ਮਿੰਟ ਤੱਕ ਰੇਡੀਓ ਤੇ ਮਿਲਦੇ ਆ ਤੇ ਸਾਰਿਆਂ ਸੱਸ਼ਰੀ ਗਾਲ ਪੇਡਾਂ ਦਾ ਗਾਲ ਇੰਦਰਜੀਤ ਸਿੰਘ ਚ ਸਾਲ ਮੁੰਡਾ ਡੱਬਿਆਂ ਦਾ ਪਿੰਡ ਨਰੂੜ ਵਾਲਾ ਹਰਨ ਮੋਦੀ ਗਰਗਰ ਮੋਦੀ ਪੁੱਠੇ ਕੰਮ ਨਾ ਕਰ ਗਰ ਮੋਦੀ ਪੇਡ ਚ ਆ ਵੀ ਗੇ ਪੇਡ ਦੀ ਆਵਾਜ਼ ਨਿਕਲੂ ਰੇਡੀਓ ਤੇ ਜਾ ਕੇ ਕਢਦੇ ਆ ਪੇਡ ਦੀ ਆਵਾਜ਼ ਥੱਸਦੇ ਰਹੋ ਬਸਦੇ ਰਹੋ ਲਿੰਕ ਜ਼ਰੂਰ ਕਲਿੱਕ ਕਰਦੇ ਹੋ ਜੀ ਤੇ ਵੀਡੀਓ ਸ਼ੇਅਰ ਕਰਦੇ ਹੋ ਤੇ ਪੇਜ ਫੋਲੋ ਵੀ ਕਰੋ ਕਿਉਂਕਿ ਕੈਨੇਡਾ ਦੇ ਵੀਜ਼ੇ ਦੀਆਂ ਬਹੁਤ ਨਿਊਜ਼ ਆਉਣੀਆਂ ਤੇ ਬਾਕੀ ਕਬੱਡੀਆਂ ਵੀ ਹੋਰ ਵੀ ਸਾਰਾ ਕੁਛ ਆ ਦਿਓਸ ਲਿੰਕ ਕਲਿੱਕ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਮਿਲਦੇ ਆ ਰੇਡੀਓ ਤੇ 30 ਮਿੰਟ ਤੱਕ